ਅੱਜ ਦੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਗਾ ਜੀ ਸੋਨੋ ਤੁਸੀਂ ਕੁਵਿੰਦਰ ਸਿੰਘ ਦੇ ਨਾਲ ਇਟਾਲੀ ਦੀ ਖਬਰਾਂ ਪੰਜਾਬੀ ਦੇ ਵਿੱਚ ਤੇ ਇਟਲੀ ਦੀ ਸਰਕਾਰ ਇੱਕ ਨਵਾਂ ਪੰਗਾ ਪਾਣ ਜਾ ਰਹੀ ਹੈ ਇੱਕ ਨਵਾਂ ਪੰਗਾ ਪਾਣ ਜਾ ਰਹੀ ਹੈ ਜੀ ਇਟਲੀ ਦੇ ਵਿੱਚ ਐਂਟਰੀ ਟੋਟਲੀ ਬੰਦ ਕਰਨ ਟੋਟਲੀ ਬੰਦ ਕਰਨ ਦੀ ਗੱਲਬਾਤ ਚੱਲ ਰਹੀ ਹੈ ਜੀ ਸਰਕਾਰ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਇਟਲੀ ਦੇ ਵਿੱਚ ਜਿਹੜੇ ਪ੍ਰਸ਼ਾਨ ਦਸਤਾਵੇਜ਼ ਨੇ ਜਿੰਨੇ ਵੀ ਇਟਲੀ ਦੇ ਵਿੱਚ ਸਨਾਕ ਦੀ ਗਾਰਡਾ ਜਾਂ ਕਾਸਤੇ ਦੇਣਤੀ ਤੇ ਉਹਨਾਂ ਦੀ ਜਿਹੜੀ ਮੁਨਿਆਦ ਆਫੀਸ਼ੀਅਲੀ ਤੌਰ ਤੇ ਜਿਹੜੀ ਉਹਨਾਂ ਦੀ ਮਿਆਦ ਐਕਸਪਾਇਰ ਡੇਟ ਵਧਾ ਦਿੱਤੀ ਗਈ ਹੈ ਕਿੰਨੀ ਵਧਾ ਦਿੱਤੀ ਗਈ ਹੈ ਉਹਦੇ ਬਾਰੇ ਅੱਜ ਦੀਆਂ ਖਬਰਾਂ ਦੇ ਵਿੱਚ ਡਿਟੇਲ ਦੇ ਨਾਲ ਗੱਲ ਕੀਤੀ ਜਾਊਗੀ ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੀ ਸਿਚੁਏਸ਼ਨ ਸਾਨੂੰ ਕੀ ਕਹਿ ਰਹੀ ਹੈ 14320 ਨਵੇਂ ਕੇਸ 288 ਮਰੀਜ਼ਾਂ ਦੀ ਮੌਤ 18088 ਜਿਹੜੇ ਟੋਟਲ ਮਰੀਜ਼ ਹੋਏ ਠੀਕ 438400 709 ਟੋਟਲ ਇਟਲੀ ਦੇ ਵਿੱਚ ਪੋਜ਼ਿਟਿਵ ਮਰੀਜ਼ 2640 ਉਨਾ ਦੇ ਵਿੱਚੋਂ 2640 ਬਹੁਤ ਹੀ ਸੀਰੀਅਸ ਕੰਡੀਸ਼ਨਾਂ ਦੇ ਵਿੱਚ 19352 ਹਸਪਤਾਲਾਂ ਦੇ ਵਿੱਚ ਕੋਵਿਡ ਦੇ ਸਿੰਪਟਮ ਦੇ ਨਾਲ ਅਤੇ 416718 ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਜੀ ਜੇ ਗੱਲ ਅਸੀਂ ਟੈਸਟਾਂ ਦੀ ਕਰੀਏ 330075 ਟੋਟਲ ਟੈਸਟ ਕੱਲ ਦੇ ਨਾਲੋਂ 6261 ਜਿਹੜਾ ਟੈਸਟ ਕੱਟ ਕੀਤਾ ਗਿਆ ਅੱਜ 4.3 ਪਰਸੈਂਟ ਬੰਦੇ ਜਿਹੜੇ ਪੋਜ਼ਿਟਿਵ ਆ ਰਹੇ ਸੀ ਹਰ 100 ਪਿੱਛੇ 4 ਬੰਦੇ ਪੋਜ਼ਿਟਿਵ ਆ ਰਹੇ ਸੀ ਗੱਲ ਕਰੀਏ ਜੀ ਵੈਕਸੀਨ ਦੀ ਇੰਡੀਆ ਦੇ ਵਿੱਚ 147.147.05 ਮਿਲੀਅਨ ਨੂੰ ਪਹਿਲਾ 24.51 ਮਿਲੀਅਨ ਨੂੰ ਦੂਸਰਾ ਡੋਜ਼ ਵੈਕਸੀਨ ਦਾ ਲੱਗ ਚੁੱਕਾ ਹੈ ਇਟਲੀ 12ਵੇਂ ਨੰਬਰ ਤੇ ਦੁਨੀਆ ਦੇ ਵਿੱਚ ਇੰਡੀਆ ਤੀਸਰੇ ਨੰਬਰ ਤੇ ਦੁਨੀਆ ਦੇ ਵਿੱਚ ਵੈਕਸੀਨ ਦੇ ਵਿੱਚ ਇਟਲੀ ਦੇ ਵਿੱਚ 1 ਕਰੋੜ 90 ਲੱਖ 60794 ਨੂੰ ਪਹਿਲਾ ਅਤੇ 55 ਲੱਖ 98193 ਨੂੰ ਦੂਸਰਾ ਜਿਹੜਾ ਡੋਜ਼ ਲੱਗ ਚੁੱਕਾ ਹੈ ਜੀ ਜੇਕਰ ਗੱਲ ਕਰੀਏ ਇਟਲੀ ਦੇ ਵਿੱਚ ਸਭ ਤੋਂ ਵੱਧ ਕਿਹੜੀਆਂ ਪੰਜ ਸਟੇਟਾਂ ਜਿਨ੍ਹਾਂ ਚ ਕੇਸ ਆਏ ਨੇ ਉਹ ਆ ਜੀ ਲੁੰਬਰਦੀਆ ਜਿਸ ਦੇ ਵਿੱਚ 2306 ਕੰਪਨੀਆਂ ਦੇ ਵਿੱਚ 1986 ਪੂਲਿਆ ਦੇ ਵਿੱਚ 1501 ਲਾਟਸੇ ਦੇ ਵਿੱਚ 1124 ਅਤੇ ਪਿਉਮੋਂਤੇ ਦੇ ਵਿੱਚ 1084 ਟੋਟਲ ਨਵਾਂ ਕੇਸ ਦਰਜ ਹੋਇਆ ਜੀ ਇੱਕ ਨਜ਼ਰ ਇੰਡੀਆ ਉੱਤੇ ਵੀ ਮਾਰਦੇ ਆਂ ਜੀ ਇੰਡੀਆ ਦੇ ਵਿੱਚ ਅੱਧੇ 10 ਵਜੇ ਦਾ ਜੋ ਅਪਡੇਟ ਆ 74231 ਜਿਹੜਾ ਨਵਾਂ ਕੇਸ ਰਜਿਸਟਰ ਹੋ ਚੁੱਕਾ ਸਭ ਤੋਂ ਵੱਧ ਜਿਹੜੇ ਕੇਸ ਆ ਰਹੇ ਆ ਜੀ ਮਹਾਰਾਸ਼ਟਰ ਦੇ ਵਿੱਚ ਜਿੱਥੇ 66000 159 ਜਿਹੜਾ ਨਵਾਂ ਕੇਸ ਆਇਆ ਉਧਰ ਹੀ ਦਿੱਲੀ ਨੇ ਆਪਣਾ ਡਾਟਾ ਫਿਲਹਾਲ ਅਪਡੇਟ ਨਹੀਂ ਕੀਤਾ 7 ਘੰਟੇ ਪਹਿਲਾਂ ਉਹਨਾਂ ਨੇ ਜਿਹੜਾ ਡਾਟਾ ਅਪਡੇਟ ਕੀਤਾ ਉਹ ਨਹੀਂ ਚੜਿਆ ਪਰ ਅਸੀਂ ਹਰਿਆਣਾ ਤੇ ਪੰਜਾਬ ਦੇਖਦੇ ਆਂ ਜਿੱਥੋਂ ਸਾਨੂੰ ਜ਼ਿਆਦਾ ਵੀਰ ਆਪਣੇ ਸੁਣਦੇ ਨੇ ਹਰਿਆਣਾ ਦੇ ਵਿੱਚ 13947 ਨਵੇਂ ਕੇਸ ਆਏ ਤੇ ਪੰਜਾਬ ਦੇ ਵਿੱਚ 6724 ਕੇਸ 5060 ਠੀਕ 137 ਮਰੀਜ਼ਾਂ ਦੀ ਮੌਤ ਹੋਈ ਹੈ ਜੀ ਹਿਮਾਚਲ ਪ੍ਰਦੇਸ਼ ਵਿੱਚ 3040 ਨਵੇਂ ਕੇਸ ਨੇ 1241 ਠੀਕ ਆ ਤੇ 40 ਦੀ ਮੌਤ ਹੋਈ ਹੈ ਜੀ ਆਪ ਦੇ ਥੁੜੀਆਂ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੁਧਿਆਣਾ ਲੁਧਿਆਣੇ ਦੇ ਵਿੱਚ 1350 ਸਾਬਜਾਦਾਜੀਤ ਸਿੰਘ ਨਗਰ ਜਿਹੜਾ 888 ਜਲੰਧਰ 479 ਪਟਿਆਲਾ 576 ਅੰਮ੍ਰਿਤਸਰ ਵਿੱਚ 478 ਹਜ਼ਾਰ ਪਰ 284 ਬਠਿੰਡੇ ਦੇ ਵਿੱਚ 515 ਗੁਰਦਾਸਪੁਰ 169 ਕਪੂਰਥਲਾ ਵਿੱਚ 182 ਪਠਾਨਕੋਟ 146 ਸ਼ਹੀਦ ਭਗਤ ਸਿੰਘ ਨਗਰ 53 ਸੰਗਰੂੜ 166 ਰੂਪਨਗਰ 146 ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 355 55 ਫਰੀਦਕੋਟ 145 ਫਰੀਦਪੁਰ 93 ਫਜ਼ੀਲਕਾ ਦੇ ਵਿੱਚ 263 ਮਾਨਸਾ 216 ਤਰਨਤਾਰਨ ਦੇ ਵਿੱਚ 53 ਮੋਗੇ ਦੇ ਵਿੱਚ ਮੋਗਾ 97 ਤੇ ਫਤਿਹਗੜ ਸਾਹਿਬ ਦੇ ਵਿੱਚ 88 ਬਰਨਾਲੇ ਦੇ ਵਿੱਚ 54 ਜਿਹੜੇ ਨਵੇਂ ਕੇਸ ਦਰਜ ਹੋਏ ਨੇ ਜੀ ਕਿਸ ਤਰ੍ਹਾਂ ਜੇਕਰ ਕੋਈ ਆਪਣਾ ਵੀਰ ਆਪਣੀ ਸਟੇਟ ਜਾਂ ਜ਼ਿਲ੍ਹੇ ਬਾਰੇ ਪਤਾ ਕਰਨਾ ਚਾਹੁੰਦਾ ਸਾਨੂੰ ਕਮੈਂਟ ਕਰੋ ਜੀ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਤੁਹਾਨੂੰ ਰਿਪਲਾਈ ਕਰਨ ਦੀ ਤੇ ਵਾਦਦੇ ਹਾਂ ਜੀ ਅੱਜ ਦੀਆਂ ਖਾਸ ਖਬਰਾਂ ਵੱਲ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਇਟਲੀ ਦੀ ਸਰਕਾਰ ਇੱਕ ਨਵਾਂ ਪੰਗਾ ਪਾਉਣ ਜਾ ਰਹੀ ਹੈ ਨਵਾਂ ਪੰਗਾ ਕੀ ਹੈ ਜੀ ਨਵਾਂ ਪੰਗਾ ਜੀ ਇੰਡੀਆ ਦੇ ਵਿੱਚ ਜਿਹੜਾ ਗਿਣਤੀ ਵੱਧ ਰਹੀ ਹੈ ਇੰਡੀਆ ਨੂੰ ਆਕਸੀਜਨ ਨਹੀਂ ਮਿਲ ਰਹੀ ਇਸ ਤੋਂ ਬਾਅਦ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਜੀ ਤੇ ਉਧਰ ਹੀ ਜੁਨੋ ਨੇ ਵੀ ਦੱਸਿਆ ਕਿ ਜੁਨੋ ਕਹਿ ਰਿਹਾ ਕਿ ਉਹਨਾਂ ਨੇ ਇੰਡੀਆ ਨੂੰ ਆਪਣੀ ਜਿਹੜੀ ਮਦਦ ਦਾ ਫੈਸਲਾ ਕੀਤਾ ਹੈ ਤੇ ਇੰਡੀਆ ਨੇ ਜੁਨੋ ਦੀ ਮਦਦ ਲੈਣ ਤੋਂ ਮਨਾ ਕਰ ਦਿੱਤਾ ਜੀ ਇਹ ਜਿਹੜਾ ਉੱਥੇ ਦਾ ਫਰਹਾਨ ਹਾਕਾ ਜੀ ਉਹਨਾਂ ਦਾ ਬਿਆਨ ਆਇਆ ਜੀ ਉਹਨਾਂ ਨੇ ਦੱਸਿਆ ਕਿ ਇੰਡੀਆ ਨੇ ਯੂਨੋ ਤੋਂ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਸਾਡਾ ਇੰਡੀਆ ਦਾ ਜਿਹੜਾ ਹੈਲਥ ਸਿਸਟਮ ਹੈ ਸਾਡੇ ਜੋ ਇਟਲੀ ਇੰਡੀਆ ਦੇ ਵਿੱਚ ਸਿਸਟਮ ਹੈ ਬਹੁਤ ਹੀ ਜ਼ਿਆਦਾ ਵਧੀਆ ਤੇ ਤਗੜਾ ਸਿਸਟਮ ਹੈ ਜਿਸ ਜਿਸ ਕਾਰਨ ਅਸੀਂ ਪੂਰੀ ਤਰ੍ਹਾਂ ਇਸ ਇਹਨੂੰ ਅਸੀਂ ਸੰਭਾਲ ਸਕਦੇ ਹਾਂ ਜੀ ਤੇ ਪਰ ਇੰਡੀਆ ਦੇ ਵਿੱਚ ਜਿਹੜੀ ਸਿਚੁਏਸ਼ਨ ਉਹ ਦਿਖ ਰਿਹਾ ਕਿ ਹੱਥੋਂ ਬਾਹਰ ਹੁੰਦੀ ਦਿਖ ਰਹੀ ਹੈ ਇੰਡੀਆ ਦੀ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਇਟਲੀ ਦੇ ਜਿਹੜੇ ਸਿਹਤ ਮੰਤਰੀ ਰੋਵਰਟੋ ਸਪੇਰਾਂਸਾ ਜੀ ਨੇ ਇੱਕ ਨਵਾਂ ਆਰਡੀਨੈਂਸ ਪਾਸ ਕਰ ਦਿੱਤਾ ਜੀ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਉਕਿਹੜਾ ਜੀ ਉਹਦੇ ਵਿੱਚ پابੰਦੀਆਂ ਕੀ ਨੇ ਕੀ ਨਵਾਂ ਆਇਆ 25 ਅਪ੍ਰੈਲ ਤੋਂ ਬਾਅਦ ਕੀ ਚੇਂਜਸ ਆਇਆ ਉਸ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਜੇਕਰ ਤੁਸੀਂ ਦੁਪਹਿਰ ਦੀਆਂ ਖ਼ਬਰ ਨਹੀਂ ਸੁਣੀ ਉਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਇੰਡੀਆ ਦੇ ਵਿੱਚ ਇੰਡੀਆ ਤੋਂ ਜਿਹੜੀ ਦਿੱਲੀ ਤੋਂ ਰੋਮਾ ਨੂੰ ਫਲਾਈਟ ਆਈ ਹੈ ਜੀ ਉਹਦੇ ਵਿੱਚ 213 ਦੇ ਵਿੱਚੋਂ 223 ਟੋਟਲ ਸੀ 10 ਕਰਿਊ ਮੈਂਬਰ ਸੀ 213 ਬੰਦੇ ਟੋਟਲ ਸਨ ਪੈਸੇਂਜਰ ਜਿਨ੍ਹਾਂ ਦੇ ਵਿੱਚੋਂ 23 ਬੰਦੇ ਜਿਹੜੇ ਪੋਜ਼ਿਟਿਵ ਪਾਏ ਗਏ ਨੇ ਹਨ ਤੇ ਉਹਨਾਂ ਨੂੰ ਜਿਹੜਾ ਉੱਥੇ ਦਾ ਹੌਸਪੀਟਲ ਉੱਥੇ ਹੌਸਪਿਟਲਾਂ ਦੇ ਵਿੱਚ ਅਤੇ ਕੋਵਿਡ ਹੋਟਲਾਂ ਉਹਨਾਂ ਦੇ ਵਿੱਚ ਰੱਖ ਦਿੱਤਾ ਗਿਆ ਜੀ ਇਸ ਗੱਲ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਗੱਲਾਂ ਇਟਲੀ ਦੇ ਵਿੱਚ ਵਿਵਾਦ ਵਿੱਚ ਚੱਲੀਆਂ ਨੇ ਕਿ ਇੰਡੀਆ ਦੇ ਵਿੱਚ ਇੰਨਾ ਵਾਇਰਸ ਫੈਲਿਆ ਹੋਇਆ ਹੈ ਫਿਰ ਵੀ ਇੰਡੀਆ ਤੋਂ ਜਿਹੜੀਆਂ ਫਲਾਈਟਾਂ ਹਨ ਉਹਨਾਂ ਨੂੰ ਰੋਕਿਆ ਨਹੀਂ ਗਿਆ ਹਾਂਜੀ ਰੋਕਿਆ ਗਿਆ ਜਿਹੜੇ ਬੰਦੇ ਟੂਰਿਸਟ ਬੇਸ ਜਾਂ ਫਿਰ ਬਿਜ਼ਨਸ ਬੇਸ ਤੇ ਆ ਰਹੇ ਉਹਨਾਂ ਨੂੰ ਰੋਕਿਆ ਰੋਕਿਆ ਗਿਆ ਪਰ ਜਿਹੜਾਂ ਬੰਦਿਆਂ ਦੇ ਕੋਲ ਫੈਮਿਲੀ ਵੀਜ਼ਾ ਹੈ ਜਿਵੇਂ ਦਾ ਮਤਲਬ ਰਿਕੁੰਜੂਨਜੀ ਮੈਂ ਤੋਂ ਫੈਮਿਲੀ ਆ ਰਹੇ ਉਹਨਾਂ ਨੂੰ ਲਾ ਉਸ ਤੋਂ ਇਹਨਾਂ ਨੂੰ ਮਿਲਿਆ ਉਹਨਾਂ ਨੂੰ ਵੀਜ਼ਾ ਮਿਲਿਆ ਉਹਨਾਂ ਨੂੰ ਆਉਣ ਦੀ ਇਜਾਜ਼ਤ ਆ ਪਰ ਲਾਤਸਿਓ ਦੇ ਜਿਹੜੇ ਲਾਤੀ ਦੇ ਜਿਹੜੇ ਪ੍ਰੈਜ਼ੀਡੈਂਟ ਆਪਣੇ ਨਿਕੋਲਾ ਜ਼ਿੰਗਰ ਹੈ ਤੇ ਜਿਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੰਡੀਆ ਤੋਂ ਟੋਟਲੀ ਜੜੀਆਂ ਇੰਡੀਆ ਤੋਂ ਟੋਟਲੀ ਜੜੀਆਂ ਫਲਾਈਟਾਂ ਉਹਨਾਂ ਨੂੰ ਬੰਦ ਕੀਤਾ ਜਾਵੇ ਰੱਦ ਕੀਤਾ ਜਾਵੇ ਸਿਰਫ ਇੰਡੀਆ ਤੋਂ ਡਾਇਰੈਕਟ ਨਹੀਂ ਜੜੀਆਂ ਯੂਰਪ ਤੋਂ ਵੀ ਇੰਡੀਆ ਤੋਂ ਕਨੈਕਟ ਯੂਰਪ ਯੂਰਪ ਤੋਂ ਕਨੈਕਟ ਹੋ ਕੇ ਇਟਲੀ ਨੂੰ ਜੜੀਆਂ ਫਲਾਈਟਾਂ ਆ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਰੋਕਣ ਦੀ ਸਰਕਾਰ ਮੋਰੇਨ ਨੇ ਦਰਖਾਸਤ ਰੱਖੀ ਹੈ ਜੀ ਇਸ ਕਰਕੇ ਰੱਖੀਏ ਕਿਉਂਕਿ ਕੱਲ ਨੂੰ ਇੱਕ ਰਸ਼ੀਆ ਦੀ ਇੱਕ ਹੋਰ ਚਾਰਟਰ ਫਲਾਈਟ ਆਣੀ ਹੈ ਜਿਹਦਾ ਨਾਮ ਆਈ ਫਲਾਈ ਆ ਫਿਊਮੀਚੀਨੋ 2 ਵਜੇ ਪਹੁੰਚਣੀ ਹੈ ਉਹਦੇ ਵਿੱਚ ਹੋਰ 300 ਬੰਦਾ ਇੰਡੀਆ ਤੋਂ ਆ ਰਹੇ ਉਹਨਾਂ ਨੂੰ ਵੀ ਚੈਕਿੰਗ ਕੀਤਾ ਜਾਊਗਾ ਫਿਲਹਾਲ ਇਹ ਚੈਕਿੰਗ ਸਿਰਫ ਰੋਮਾ ਵਾਲੇ ਹੀ ਕਰ ਰਹੇ ਨੇ ਬੈਰਗੋਮੋ ਜਾ ਮਿਲਾਨ ਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਜੀ ਤੇ ਇੱਕ ਗੱਲ ਜ਼ਰੂਰ ਹੈ ਜੀ ਸਰਕਾਰ ਨੇ ਇਹ ਸਭ ਨੂੰ ਦੇਖਦੇ ਹੋਏ ਮਿਨੀਸਟਰ ਉਸਪੇਰਾਂਸਾ ਜੀ ਜਿਹੜੇ ਆਪਣੇ ਰੋਬੈਰਟ ਉਸਪੇਰਾਂਸਾ ਜੀ ਇਹਨਾਂ ਨੇ ਨਵਾਂ ਕਾਨੂੰਨ ਆਇਆ ਅੱਜ 2 ਵਜੇ ਦੁਪਹਿਰ 3 ਵਜੇ ਦਾ ਅਪਡੇਟ ਹੈ ਜ ਕਿ ਰੋਬਰਟੋ ਸਪੇਰਾਂਜ਼ਾ ਜੀ ਨੇ ਇੰਡੀਆ ਦੇ ਨਾਲ ਬੰਗਲਾਦੇਸ਼ ਅਤੇ ਸ਼੍ਰੀਲੰਕਾ ਜਿਹੜੇ ਇਹਨਾਂ ਦੀਆਂ ਵੀ ਫਲੈਟਾਂ ਉੱਤੇ ਰੋਕ ਲਾ ਦਿੱਤੀ ਆ ਇੰਡੀਆ ਦਾ ਵਾਇਰਸ ਫੈਲਣ ਦੇ ਫੈਲਣ ਤੋਂ ਰੋਕਣ ਦੇ ਨਾਲ-ਨਾਲ ਇਹ ਨਹੀਂ ਦੱਸਿਆ ਕਿ ਜਿਹੜੇ ਬੰਦੇ ਹੁਣ ਹੁਣ ਇਟਲੀ ਦੇ ਵਿੱਚ ਸਿਰਫ ਉਹਨਾਂ ਨੂੰ ਹੀ ਇਜਾਜ਼ਤ ਦਿੱਤੀ ਜਾਊਗੀ ਆਨ ਦੀ ਜਿਨ੍ਹਾਂ ਦੇ ਕੋਲ ਚਿੱਤਾ ਦੀ ਨਾਂਸਾ ਇਟਾਲੀਅਨ ਆ ਇਸ ਕਾਨੂੰਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਜੀ ਕਿ ਸਾਰਾ ਕੌਨਸੈਂਟਿਟੋ ਸੋਲੋ ਆ ਕੋਲੋਰੋ ਕੇ ਹਨ ਲਾ ਚਿਟਾਡਿਨਾਨਸ ਇਟਾਲੀਆਨਾ ਕਿ ਉਹਨਾਂ ਨੂੰ ਹੀ ਰਿਆ ਇੰਤਰ ਉਹਨਾਂ ਨੂੰ ਹੀ ਵਾਪਸੀ ਇਟਲੀ ਦੇ ਵਿੱਚ ਵਾਪਸ ਆਉਣਾ ਦਿੱਤਾ ਜਾਊਗਾ ਜਿਨ੍ਹਾਂ ਦੇ ਕੋਲ ਇਟਾਲੀਅਨ ਪਾਸਪੋਰਟ ਹੈ ਜਿਨ੍ਹਾਂ ਦੇ ਕੋਲ ਸੋਜੋਰਨੋ ਆ ਜਾਂ ਕਾਰਤਾ ਸੋਜੋਰਨੋ ਆ ਉਹਨਾਂ 'ਤੇ ਰੋਕ ਲੱਗ ਸਕਦੀ ਹੈ ਜੇਕਰ ਤੁਹਾਡੀ ਫਲਾਈਟ ਅੱਜ ਕੱਲ ਜਾਂ ਤਾਂ ਵਾਪਸ ਆ ਜਾਓ ਜੇ ਤੁਹਾਡੀ ਫਲਾਈਟ ਲੇਟ ਹੋ ਰਹੀ ਹੈ ਤਾਂ ਤੁਹਾਨੂੰ ਹੋ ਸਕਦਾ ਜੀ ਇੰਡੀਆ ਤੋਂ ਹੀ ਚੜ੍ਹ ਨਾ ਦਿੱਤੇ ਜਾਵੇ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਜੋ ਕਿ 15 ਦਿਨ ਹੋਰ ਜੋ 12 ਮਈ ਤੱਕ ਇਹ ਕਾਨੂੰਨ ਲਾਗੂ ਰਹਿਣਾ ਜੀ ਉਸ ਤੋਂ ਬਾਅਦ ਜੇਕਰ ਇੰਡੀਆ ਦੀ ਸਿਚੁਏਸ਼ਨ ਠੀਕ ਹੁੰਦੀ ਆ ਤਾਂ ਫੇਰ ਕੋਈ ਗੱਲ ਨਹੀਂ ਇੱਕ ਹੋਰ ਗੱਲ ਹੈ ਜੀ ਜੇਕਰ ਕੋਈ ਬੰਦਾ ਇੰਡੀਆ ਦੇ ਵਿੱਚ 25 ਅਪ੍ਰੈਲ ਦੇ 14 ਦਿਨ ਪਹਿਲਾਂ ਇੰਡੀਆ ਤੋਂ ਇਟਲੀ ਦੇ ਵਿੱਚ ਐਂਟਰ ਹੋਇਆ ਆਪਣੇ ਆਪਣੇ ਡਾਕਟਰਾਂ ਨੂੰ ਨਹੀਂ ਫੋਨ ਕੀਤਾ ਤੇ ਫੋਨ ਜ਼ਰੂਰ ਕਰ ਲਿਓ ਕਿਉਂਕਿ ਨਹੀਂ ਤਾਂ ਤੁਹਾਡੇ ਉੱਤੇ ਬਹੁਤ ਤਕੜੇ ਕੇਸ ਪੈਣੇ ਆ ਚਾਹੇ ਤੁਸੀਂ ਪੋਜ਼ਿਟਿਵ ਨਹੀਂ ਵੀ ਹੈਗੇ ਤੁਸੀਂ ਨੈਗੇਟਿਵ ਵੀ ਆ ਫੇਰ ਵੀ ਸਰਕਾਰ ਦੇ ਨਾਲ ਧੋਖਾ ਧੜੀ ਦਾ ਤੁਹਾਡੇ ਸਿਰ ਕੇਸ ਪੈ ਸਕਦਾ ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਜੀ 25 ਅਪ੍ਰੈਲ ਤੋਂ ਸਰਕਾਰ ਨੇ ਨਵਾਂ ਕਾਨੂੰਨ ਜਾਰੀ ਕੀਤਾ ਕਿ ਜਿਹੜਾ 14 ਦਿਨ ਪਹਿਲਾਂ ਇਟਲੀ ਦੇ ਵਿੱਚ ਆਇਆ ਉਹਨੂੰ ਕੁਆਰੰਟਾਈਨ ਪਲੱਸ ਸਿੰਪਟਮ ਦੇ ਨਾਲ ਸਿੰਪਟਮ ਹੋਣ ਜਾਂ ਨਾ ਹੋਣ ਉਹਨੂੰ ਜਿਹੜਾ ਕੋਵਿਡ ਦਾ ਟੈਸਟ ਕਰਾਉਣ ਦੀ ਲੋੜ ਆ ਘੱਟ ਤੋਂ ਘੱਟ ਜੇ ਤੁਸੀਂ ਨਹੀਂ ਦੱਸਿਆ ਨਾ 14 ਦਿਨ ਲੰਘ ਆਇਆ ਤਾਂ ਆਪਣਾ ਕੋਵਿਡ ਟੈਸਟ ਕਰਾ ਕੇ ਡਾਕਟਰ ਦੇ ਕੋਲ ਜਮ੍ਹਾਂ ਕਰਾਓ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪ੍ਰੋਬਲਮ ਬਹੁਤ ਹੀ ਵੱਡੀ ਪੈ ਸਕਦੀ ਹੈ ਜੀ ਇਹ ਸਭ ਦੇ ਵਿੱਚ ਇੱਕ ਸਰਕਾਰ ਇੱਕ ਗੁੱਡ ਨਿਊਜ਼ ਹੀ ਰੱਖ ਸਕਦੇ ਗੁੱਡ ਨਿਊਜ਼ ਕਹਿੰਦੇ ਆ ਜੀ ਉਹ ਇਹ ਹੈ ਜੀ ਕਿ ਸਰਕਾਰ ਨੇ ਇਟਲੀ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਦੀ ਰਿਕੋਨੈਸਮੈਂਟ ਹੈ ਜੀ ਰਿਕੋਨੈਸਮੈਂਟ ਉਹ ਹੁੰਦਾ ਜਿਹੜਾ ਜਿੰਨੇ ਵੀ ਪਛਾਣ ਦਸਤਾਵੇਜ਼ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਚਾਹੇ ਓਕਾਰਤਾ ਦੀ ਦੇਣਤੀਤਾ ਹੋਵੇ ਚਾਹੇ ਫਿਰ ਪਰਮੇਸ਼ਰ ਦੇ ਸਜ਼ੋਰਨ ਹੋਵੇ ਚਾਹੇ ਤੁਹਾਡਾ ਪਤੈੰਤੀ ਹੋਵੇ ਕੋਈ ਵੀ ਇਟਲੀ ਦੇ ਵਿੱਚ ਜਿਹੜਾ ਤੁਹਾਡਾ ਸ਼ਨਾਖਸ਼ੀ ਕਾਰਡ ਆ ਆਈਡੀ ਕਾਰਡ ਆ ਸਾਰਿਆਂ ਦੀ ਜਿਹੜੀ ਐਕਸਪਾਇਰ ਡੇਟ 30 ਸਤੰਬਰ 2021 ਤੱਕ ਕਰ ਦਿੱਤੀ ਗਈ ਹੈ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ 30 ਸਤੰਬਰ 2021 ਤੱਕ ਸਾਰਿਆਂ ਦੀ ਜਿਹੜੀ ਮਿਆਦ ਐਕਸਪਾਇਰ ਡੇਟ ਵਧਾ ਦਿੱਤੀ ਗਈ ਹੈ ਇਹਦੇ ਨਾਲ ਕੀ ਹੋਣਾ ਜੀ ਜੇਕਰ ਕੋਈ 9 ਮਹੀਨੇ ਦੇ 9 ਮਹੀਨਿਆਂ ਦੇ ਪੇਪਰਾਂ ਤੇ ਜਿਹੜਾ ਵੀ ਬੰਦਾ ਐਂਟਰ ਹੋਇਆ ਸੀ ਐਮਰਜੈਂਸੀ ਦੇ ਦਰਮਿਆਨ ਤੇ ਉਹਦੀ ਸਜ਼ਾ ਉਹਨੂੰ ਐਕਸਪਾਇਰ ਹੋਣ ਹੋ ਰਹੀ ਅੱਜ ਕੱਲ ਦੇ ਵਿੱਚ ਹੋ ਰਹੀ ਤਾਂ ਉਹਦੀ ਜਿਹੜੀ ਸਜ਼ਾ ਉਹਨੂੰ 30 ਸਤੰਬਰ 2021 ਤੱਕ ਵੈਲਿਡ ਰਹਿੰਦੀ ਹੈ ਜੇਕਰ ਨਵਾਂ ਕੋਟਾ ਸਰਕਾਰ ਇਟਲੀ ਦਾ ਕੱਢਦੀ ਆ ਜਿਹਦੇ ਵਿੱਚ ਪੇਪਰ ਚੇਂਜ ਕਰਵਾਉਣ ਵਾਲਿਆਂ ਦੇ ਪੇਪਰ ਹੁੰਦੇ ਆ ਤਾਂ ਉਹ ਫਿਰ ਆਪਣਾ ਪੇਪਰ ਚੇਂਜ ਕਰਾ ਸਕਦੇ ਕਿਉਂਕਿ ਸਭ ਤੋਂ ਪਹਿਲੀ ਮੰਗ ਇਹ ਕੀਤੀ ਜਾਂਦੀ ਹੈ ਕਿ ਜਿਸ ਵੀ ਬੰਦੇ ਨੇ ਆਪਣੇ ਪੇਪਰ ਚੇਂਜ ਕਰਵਾਉਣੇ ਆ ਉਸ ਬੰਦੇ ਦੇ ਪੇਪਰ ਐਕਸਪਾਇਰ ਨਹੀਂ ਹੋਣੇ ਚਾਹੀਦੇ ਅੱਜ ਜੀ ਆਪਣੇ ਅਗਲੇ ਅਪਡੇਟ ਵੱਲ ਜੋ ਕਿ ਤੁਰਿੰਨੋ ਦੁਆਰਾ ਜੀ 2015 ਦੇ ਵਿੱਚ ਅੱਜ ਤੋਂ 6 ਸਾਲ ਪਹਿਲਾਂ ਇੱਕ ਜੁਐਲਰੀ ਸ਼ਾਪ ਦੇ ਵਿੱਚ ਇੱਕ ਹੀਰੀਆਂ ਆਪਣੇ ਜਿਹੜੀ ਜੁਐਲਰੀ ਸ਼ਾਪ ਹੁੰਦੀ ਉਹ ਤੇ ਇੱਕ ਡਕੈਤੀ ਆਂਦੇ ਚੋਰ ਚੋਰੀ ਕਰਨ ਆਂਦੇ ਆ ਜੀ ਜਿੰਨਾ ਵੀ ਮਾਲ ਹੁੰਦਾ ਸਾਰਾ ਲੁੱਟ ਲੈਂਦੇ ਆ ਤੇ ਫਿਰ ਵੀ ਜਿਹੜਾ ਉਹਦਾ ਜਿਹੜਾ ਜੁਐਲਰੀ ਸ਼ਾਪ ਦਾ ਮਾਲਕ ਆ ਗੋਲੀ ਚਲਾ ਕੇ ਦੋਹਾਂ ਨੂੰ ਮਾਰ ਦਿੰਦਾ ਤੇ ਹੁਣ ਉਹਦੇ ਸਿਰ ਇਰਾਦਾ ਕਤਲ ਦਾ ਜਿਹੜਾ ਕੇਸ ਪਿਆ ਜੀ ਕਿ ਉਹਨੇ ਜਾਣ ਬੁੱਝ ਕੇ ਉਹਨਾਂ ਨੂੰ ਮਾਰਿਆ ਪਰ ਉਹ ਜਿਹੜਾ ਬੰਦਾ ਉਹ ਕਹਿ ਰਿਹਾ ਜੀ ਕਿ ਮੇਰੀ ਘਰ ਵਾਲੀ ਜਿਸ ਟਾਈਮ ਮੈਂ ਗੋਲੀ ਚਲਾਈ ਉਸ ਵੇਲੇ ਉਹਦੀ ਜਿਹੜੀ ਘਰ ਵਾਲੀ ਉਹਨੂੰ ਕੁਸ ਮੁੱਕੇ ਮਾਰ ਰਹੀ ਸੀ ਉਹਦੇ ਉਹਦੀ ਘਰ ਵਾਲੀ ਤੇ ਤੇ ਜਿਹੜੀ ਉਹਦੀ ਲੜਕੀ ਸੀ ਜਿਹੜੀ ਉਹਦੀ ਕੁੜੀ ਸੀ ਉਹਨੂੰ ਉਹਨਾਂ ਨੇ ਜਿਹੜੇ ਫਰਸ਼ 'ਤੇ ਹੁੰਦੇ ਪਲਾਸਟਿਕ ਦੀਆਂ ਜਿਹੜੀਆਂ ਰस्सियां ਹੁੰਦੀਆਂ ਜਿਹੜੀਆਂ ਖੁੱਲ ਨਹੀਂ ਸਕਦੀਆਂ ਜਿਨ੍ਹਾਂ ਨੂੰ ਕੱਟਣਾ ਹੀ ਪੈਂਦਾ ਫਰਸ਼ਾਂ ਤੇ ਜਿਹੜੇ ਹੁੰਦੇ ਪਲਾਸਟਿਕਾ ਦੇ ਉਹਨਾਂ ਦੇ ਨਾਲ ਬੰਨ ਕੇ ਉਹਨਾਂ ਨੇ ਬਿਠਾਈਓ ਸੀ ਉਹ ਕਹਿ ਰਿਹਾ ਸੀ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਮੈਨੂੰ ਲੁੱਟ ਕੇ ਵੀ ਲੈ ਕੇ ਚੱਲੇ ਸੀ ਪਲੱਸ ਜੋ ਕੈਸ਼ ਸਾਡਾ ਮੇਰੇ ਕੋਲ ਸੀਗਾ ਉਹ ਵੀ ਲੈ ਕੇ ਜਾਣ ਲੱਗੇ ਤੇ ਮੇਰੇ ਤੇ ਹਮਲਾ ਕੀਤਾ ਗਿਆ ਜਿਸ ਕਾਰਨ ਮੈਨੂੰ ਮਜਬੂਰਨ ਜਿਹੜੀਆਂ ਗੋਲੀਆਂ ਚਲਾਨੀਆਂ ਪਈਆਂ ਸਨ ਤੇ ਇੱਕ ਵਾਰ ਫਿਰ ਦੱਸ ਦਿਆਂ ਜੀ ਪਛਾਣ ਪੱਤਰ ਪਰਚਾਨ ਦਸਤਾਵੇਜ਼ ਇਟਲੀ ਦੇ ਵਿੱਚ ਐਕਸਪਾਇਰ ਹੋ ਰਹਾ ਹੈ ਤਾਂ 30 ਸਤੰਬਰ ਤੱਕ ਉਹਨਾਂ ਨੂੰ ਬਦਲਾ ਦਿੱਤਾ ਗਿਆ ਜੀ ਤੁਹਾਡੇ ਕੋਲ ਹੁਣ ਟਾਈਮ ਹੀ ਟਾਈਮ ਆ ਜਰਮਨ ਦੇ ਵਿੱਚ ਇੱਕ ਨਵਾਂ ਰਿਕਾਰਡ ਇੱਕ ਨਵਾਂ ਰਿਕਾਰਡ ਬਣਿਆ ਕਿ ਤਕਰੀਬਨ 1 ਮਿਲੀਅਨ ਆ ਜਿਹੜਾ ਉਹਨਾਂ ਨੇ ਬੰਦਿਆਂ ਨੂੰ ਇੱਕ ਦਿਨ ਦੇ ਵਿੱਚ ਵੈਕਸੀਨ ਲਾਇਆ तुर्कीਆ तुर्की ਤੋਂ ਇੱਕ ਨਵਾਂ ਅਪਡੇਟ ਆ ਰਿਹਾ ਜੀ ਇੱਕ ਇੱਕ ਜਿਹੜਾ ਪਹਿਲਾ ਜਿਹੜਾ ਲਾਕਡਾਊਨ ਆ ਉਹਨਾਂ ਦਾ ਨੂੰ ਲਾਣ ਜਾ ਰਿਹਾ ਜੀ ਹਾਂਜੀ ਪਹਿਲਾ ਲਾਕਡਾਊਨ ਉੱਥੇ ਲਾਣ ਜਾ ਰਿਹਾ ਜੀ तुर्की ਦੇ ਵਿੱਚ ਤੇ ਪਲੈਰਮੋ ਗੱਲਬਾਤ ਸੁਣਨ ਦੇ ਵਿੱਚ ਆ ਰਹੀ ਹੈ ਜੀ ਪਲੈਰਮੋ ਹੁਣ ਅਰਨਚੋਨੇ ਜ਼ੋਨ ਦੇ ਵਿੱਚ ਚਲਾ ਗਿਆ ਪਰ ਉੱਥੇ ਜਿਹੜੇ ਬਾਰਕੀਆ ਉਹਨਾਂ ਦੇ ਵਿੱਚ ਘੁੰਮਣਾ ਫਿਰਨਾ ਫਿਲਹਾਲ ਹੋਣ ਵੀ ਮਨਾ ਜੀ ਅੱਜ ਦੀਆਂ ਕੁਝ ਖਾਸ ਖਬਰਾਂ ਇਹਦੇ ਨਾਲ ਅੱਜ ਦੀਆਂ ਖਬਰਾਂ ਇੱਥੇ ਸਮਾਪਤ ਹੁੰਦੀਆਂ ਜੀ ਤੁਸੀਂ ਸੁਣੋਗੇ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਮਿਲਾਂਗੇ ਜੀ ਨੈਕਸਟ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ